जलंधर विच दिन ब दिन वध रहियां वारदातां इलाका वासियां लई परेशानी दा कारण बनदियां जा रहियां ने। ताजा बापरी वारदात दौरान जलंधर दे बस स्टैंड विखे अणपछाते व्यक्तियों वल्लों एक नौजवान की गोली मार के हत्या कर दी गई। मृतक नौजवान जिसकी पहचान अनिकेत उर्फ लक्की वासी अर्जुन नगर लाडोवाली रोड जलंधर वजो हुई है। रिश्तेदारां ने दस्सिया कि अनिकेत इमीग्रेशन विच काम करदा सी। उन्हां पुलिस प्रशासन पासों मंग कीती कि उन्हां नूं इंसाफ दिवाया जावे। की नाम सीगा? अनिकेत सीगा, कच्चा नाम लक्की सीगा, पक्का नाम अनिकेत सीगा। ओहदा इमीग्रेशन ऑफिस दे विच लगा है नाम दे विचों। अज जिहड़ी गल होई सारी पता तुहानू की होई सीगी? नहीं भाई, आपां नूं पता नहीं, आपां तां इत्थे मौके ते आए हां। वारदात जिथे होई है बस स्टैंड उत्थों दी सिद्धा जिद्दां आपां नूं पता लगा वा वी गोली चली लक्की ते गोली लगी आ ते आपां इत्थे आए हां। उहदे साह सूह चल रहे सीगे, डाक्टरां ने उहदा चैकअप नहीं कीता कहिंदे जी, तां फिर जवाब दे दित्ता उहनां नूं थोड़ी देर दे विच। उहनूं चैक चुक नहीं कीता किसे ने वी इत्थे। ओह भाई 10-12 जने सीगे, सुनण च इही आया वा बस। आपां नूं इत्थे तुसीं उत्थे लक्की दे नाल भाई 3 जने सीगे, एक पवन ते एक केपी। ਉਹਨਾਂ ਵੱਲੋਂ ਦੱਸਿਆ ਗਿਆ ਕਿ ਉੱਥੇ ਮਾਹੌਲ ਸੀਗਾ ਜਾਂ ਕਿਸ ਤਰੀਕੇ ਦਾ? ਹਾਂਜੀ, ਉਹਨਾਂ ਨੇ ਭਾਈ ਦੱਸਿਆ ਉੱਥੇ। ਤੁਹਾਡੇ ਨਾਲ ਨਹੀਂ ਗੱਲਬਾਤ ਕੀਤੀ? ਨਹੀਂ ਭਾਈ, ਹਲੇ ਗੱਲ ਨਹੀਂ ਕੀਤੀ ਉੱਥੇ, ਬਿਆਨ ਬਿਊਨ ਦੇ ਰਹੇ ਸੀ ਨਾ ਤਾਂ ਆਪਾਂ ਗੱਲਬਾਤ। ਕੀ ਨਾਮ ਆਪਣਾ? ਕਾਰਤਿਕ ਭਾਈ। उधर वारदात की सूचना मिलते सारे ही पुलिस ने मौके पर पहुंच के स्थिति का जायजा लिया ते अगली कार्रवाई शुरू कर दी। पुलिस अधिकारियों का कहना है कि पुलिस ने नौजवान हस्पताल विखे पहुंचाया जिथे कि डॉक्टर ने उसनु मृत घोषित कर दिता। उन्होंने कहा कि दोषियों की पहचान करके उन्होंने जल्द ही गिरफ्तार कर लिया जाएगा। हम लकी है, अर्जुन नगर लाडोवाली रोड उतों का रहने वाला है जी। किसी ने गोली मार ਉਹਦੀ ਡੈਥ ਹੋ ਗਈ ਹੈ ਐਂਡ ਵੀ ਹੈਵ ਜਸਟ ਸਟਾਰਟਡ ਲੁਕਿੰਗ ਇਨ ਟੂ ਦਾ ਮੈਟਰ ਐਂਡ ਹੁਣ ਸਾਡੀ ਜਿਹੜੀ ਪ੍ਰੀਲਿਮਿਨਰੀ ਪੁੱਛਗਿੱਛ ਉਹ ਚੱਲਦੀ ਪਈ ਐਂਡ ਹੁਣ ਅਸੀਂ ਜਿਹੜਾ ਹੈ ਉਹ ਜਿਹੜੀ ਸਾਈਟ ਹੈ ਉਹ ਵੀ ਵਿਜ਼ਿਟ ਕਰਾਂਗੇ ਐਂਡ ਗੱਲਬਾਤ ਚੱਲਦੀ ਪਈ। ਜਿਹੜੇ ਵੀ ਤੱਥ ਸਾਹਮਣੇ ਆ ਜਾਏਗੇ ਉਹ ਤੁਹਾਨੂੰ ਬਾਅਦ ਦੱਸ ਦਿੰਦੇ। ਕਿੰਨੀ ਉਮਰ ਦਾ ਨੌਜਵਾਨ ਹੈ, ਕੀ ਕੰਮ ਕਰਦਾ ਸੀਗਾ? ਆ ਜਿਹੜਾ ਮਤਲਬ ਹੀ ਵਾਸ ਪਾਸ ਆਊਟ ਫਰੋਮ ਦਾ ਸਕੂਲ, ਇਹ ਕਿਸੇ ਏਜੰਸੀ ਦੇ ਕੋਲ ਕੰਮ ਕਰਦਾ ਸੀਗਾ, ਉਹ ਅਸੀਂ ਕਲੀਅਰ ਕਰਾ ਰਹੇ ਹਾਂ। ਜਸਟ ਪ੍ਰੀਲਿਮਿਨਰੀ ਜਿਹੜੀ ਇਨਵੈਸਟੀਗੇਸ਼ਨ ਉਹ ਚੱਲਦੀ ਪਈ। ਸਰ ਪਤਾ ਲੱਗ ਗਿਆ ਕੌਣ ਸੀ ਉਹ? ਨਹੀਂ, ਗੋਲੀ ਚਲਾਈ ਜਿਹੜੇ ਨਾਲ ਦੇ ਦੋ ਬੰਦੇ ਸੀਗੇ, ਦੇ ਆਰ ਨਾਟ ਵੈਰੀ ਕਲੀਅਰ ਅਬਾਊਟ ਦਾ ਆਈਡੈਂਟੀਟੀ ਆਫ ਦਾ ਅਸੇਲੈਂਟਸ, ਬਟ ਉਹਨਾਂ ਨੂੰ ਜਿਹੜੀ ਸ਼ਕਲਾਂ ਹੈ ਉਹ ਯਾਦ ਹੈ। ਸਰ ਪਰਿਵਾਰਿਕ ਮੈਂਬਰਾਂ ਵੱਲੋਂ ਕਿਸ ਤਰ੍ਹਾਂ ਦੇ ਬਿਆਨ ਦਰਜ ਕਰਵਾਏ ਗਏ ਨੇ, ਕੁਝ ਦੱਸਿਆ ਗਿਆ ਕਿ ਪੁਰਾਣੀ ਰੰਜਿਸ਼ ਹੋ ਸਕਦੀ ਹੈ? ਨਹੀਂ ਨਹੀਂ, ਦੇ ਹੈ ਮਤਲਬ ਉਹਨਾਂ ਨੇ ਰਿਪਿਊਟ ਕਰਤਾ ਕੋਈ ਪੁਰਾਣੀ ਰੰਜਿਸ਼, ਬਟ ਸਟਿਲ ਵੀ ਆਰ ਲੁਕਿੰਗ ਇਨਟੂ ਇਟ, ਤਾਂ ਇਹ ਫੜੇ ਜਾਣਗੇ ਜਿਹੜੇ ਵੀ ਬੰਦੇ ਆ। ਸਰ ਗੋਲੀ ਚੱਲਣ ਦਾ ਕਾਰਨ ਕੀ ਸਮਝ ਆਇਆ? ਹਾਲੇ ਕਲੀਅਰ ਨਹੀਂ ਹੈ, ਵੀ ਆਰ ਲੁਕਿੰਗ ਇਨਟੂ ਇਟ। ਸਰ ਮੌਕੇ ਤੇ ਸੀਸੀਟੀਵੀ ਵਗੈਰਾ ਲੱਗੇ? ਵਹੀ ਵਹੀ ਕਰ ਰਹੇ, ਜਸਟ 1 ਘੰਟਾ ਪਹਿਲੇ ਦਾ ਇਨਸੀਡੈਂਟ ਹੈ ਤਾਂ ਵਹੀ ਅਸੀਂ ਕਰ ਰਹੇ। ਕਿੰਨੇ ਰਾਊਂਡ ਫਾਇਰ ਹੋਏ? ਐਗਜੈਕਟਲੀ ਰਾਊਂਡ ਕਿੰਨੇ ਫਾਇਰ ਹੋਏ ਉਹ ਸਾਨੂੰ ਪਤਾ ਨਹੀਂ ਹੈ, ਬਟ 2 ਐਮਟੀ ਕੇਸਿਸ ਹੈਵ ਬੀਨ ਰਿਕਵਰਡ ਫਰਮ। ਤੇ ਜਿਹੜੀ ਡੈਥ ਹੋਈ ਹੈ ਕਿੰਨੀ ਗੋਲੀ ਲੱਗੀ ਸਰ? ਮੌਕੇ ਜਿਹੜਾ ਇੱਕ ਫਾਇਰ ਲੱਗਿਆ ਹੈ। ਅੱਛਾ, ਹਾਂ, ਉਹਦੇ ਕਾਰਨ ਡੈਥ ਹੋਈ ਹੈ। ਸਰ ਮੌਕਾ ਜਿਹੜਾ ਐਸਪੀ ਸਾਹਿਬ ਵੱਲੋਂ ਵੀ ਦੇਖਿਆ ਗਿਆ, ਐਸਐਚਓ ਸਹਿਬਾਨਾ ਵੱਲੋਂ ਵੀ ਦੇਖਿਆ ਗਿਆ, ਦੱਸਿਆ ਨਹੀਂ ਗਿਆ ਕਿ ਕਿੰਨੇ ਜਿਹੜੇ ਰਾਊਂਡ ਉੱਥੇ ਫਾਇਰ? ਉੱਥੇ 2 ਐਮਟੀ ਕੇਸਿਸ ਮਿਲੇ ਹੈ, ਸੋ ਐਜ਼ ਆਫ ਨਾਊ ਵੀ ਅਸਿਊਮ ਕਿ 2 ਫਾਇਰ ਐਟ ਲੀਸਟ ਹੋ ਗਏ ਹੈ। ਕੋਈ ਹੋਰ ਇੰਜਰਡ ਵੀ ਨੇ? ਨਹੀਂ, ਥੋੜੀ ਜਿਹੀ ਇੰਜਰੀਜ਼ ਲੱਗੀ ਹੈ, ਬਟ ਦੇ ਆਰ ਨਾਟ ਗਨ ਸ਼ਾਟ ਵੂਨਸ, ਵੈਸੇ ਲੱਗੀ ਹੈ। ਕਾਫੀ ਜਿਹੜਾ ਇੱਕ ਦਾਰੂ ਦੀਆਂ ਬੋਤਲਾਂ ਤੇ ਜਿਹੜੀ ਪੈਕਟ ਵਗੈਰਾ ਖਿਲਾਰੇ ਹੋਏ ਨੇ, ਉਹ ਕੀ ਮਾਮਲਾ? ਕੀ ਕੋਈ ਪਾਰਟੀ ਦੌਰਾਨ ਕੋਈ ਰੰਜਿਸ਼ ਜਾਂ ਫਿਰ ਬਹਿਸ? ਉਹ ਹਾਲੇ ਸਾਹਮਣੇ ਕੁਛ ਵੀ ਨਹੀਂ ਆਇਆ ਹੈ, ਵਹੀ ਵੀ ਆਰ ਲੁਕਿੰਗ ਇਨ ਟੂ ਇਟ, ਜਿਹੜੀ ਵੀ ਗੱਲ ਸਾਹਮਣੇ ਆ ਜਾਣਗੀ। ਜਿਹੜੇ 2 ਬੰਦੇ ਤੇ ਤੁਸੀਂ ਦੇਖਿਆ, ਆਈ ਵਿਟਨੈਸ ਸੀਗੇ ਆਈ ਥਿੰਕ, ਉਹਨਾਂ ਨੇ ਕੀ ਦੱਸਿਆ ਤੁਹਾਨੂੰ? ਉਹ ਉਹਨਾਂ ਨੂੰ ਕਲੀਅਰ ਹੈ ਨਹੀਂ, ਉਹ ਬੇਸਿਕਲੀ ਜਿਹੜਾ ਇੰਸੀਡੈਂਟ ਹੋਇਆ ਉਹਦੇ ਬਾਰੇ ਗੱਲ ਕਰ ਰਹੇ ਨੇ। ਯਾਰ ਦੇ ਵਾਸ ਸਰਾਊਂਡਡ ਬਾਈ ਫਿਊ ਪੀਪਲ। ਉਹਨਾਂ ਨੇ ਦੱਸਿਆ ਨਹੀਂ ਕਿ ਉਹਨਾਂ ਦੀ ਆਪਸ ਚ ਬਹਿਸ ਕਿਉਂ ਹੋਈ, ਕਿਉਂ ਉਹਨਾਂ ਨੇ ਬਹਿਸ ਉਹ ਕਲੀਅਰ ਨਹੀਂ, ਉਹ ਬਸ ਇਹ ਕਹਿ ਰਹੇ ਨੇ ਕਿ ਅਸੀਂ ਉੱਥੇ ਸੀ ਕਿ ਇਹ ਜਿਹੜੇ ਬੰਦੇ ਹੈ ਅਸੇਲੈਂਟਸ, ਉਹ ਗੇਰਾ ਪਾ ਲਿਆ ਉਹਨਾਂ ਨੇ ਐਂਡ ਹਮਲਾ ਕਰਤਾ ਐਂਡ ਉਸ ਤੋਂ ਬਾਅਦ ਉਹਨਾਂ ਨੇ ਫਾਇਰ ਕਰਤਾ। ਸਰ ਜਾਣਦੇ ਸੀ ਆਪਸ ਦੇ ਵਿੱਚ ਇਹਨਾਂ ਦਾ ਕੋਈ ਲਿੰਕ ਅਪ ਸੀਗਾ ਆਪਸ? ਨਹੀਂ, ਬਟ ਉਹ ਕਹਿ ਰਹੇ ਨੇ ਕਿ ਅਸੀਂ ਉਹਨਾਂ ਨੂੰ ਪਹਿਚਾਣ ਸਕਦੇ ਹਾਂ।